ਜਗਾਈਏ, ਅਸੀਂ ਜਗ ਗਏ, ਦੇਖ ਗਏ ਸਾਡੇ ਤੇ ਲਹਿਤ ਨਵੇਂ ਨਵੇਂ ਕਾਨੂੰਨ ਥਾਪੇ ਜਾ ਰਹੇ ਨੇ। ਉਹ ਕਾਰਪੋਰੇਟ ਘਰਾਣਾ ਤੁਹਾਡੇ ਤੇ ਚੜ ਕੇ ਆ ਰਿਹਾ ਤੇ ਤੁਸੀਂ ਗੂੜੀ ਨੀਂਦ ਸੁੱਤੇ ਪਏ ਹੋ। ਇਹ ਕਾਲੇ ਕਾਨੂੰਨ ਜਿਹੜੀ ਇਹ ਸਰਕਾਰ ਹੈ ਜਿਹੜੀ ਸਾਡੀ ਸੁਣਵਾਈ ਨਹੀਂ ਕੀਤੀ, ਇਹ ਸਰਕਾਰ ਦੇ ਕੰਨ ਬੰਦ ਹੋਏ ਆ, ਇਸ ਕਾਰਨ ਸਾਨੂੰ ਜਗਾਉਣ ਵਾਸਤੇ ਇਹ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਵਰਤਣੇ ਪੈਂਦੇ ਆ। ਇਹ ਟਰੈਕਟਰ ਮਾਰਚ ਇਸੇ ਕਰਕੇ ਅਸੀਂ ਅਪੀਲ ਕੀਤੀ ਆ, ਸਾਡੇ ਅਸੀਂ ਆਪਦੇ ਸਾਥੀਆਂ ਨੂੰ ਲੈ ਕੇ ਚੱਲੇ ਹਾਂ ਹਰ ਜਗ੍ਹਾ, ਪੂਰੇ ਪੰਜਾਬ 'ਚ ਵੀ, ਭਾਰਤ ਦੇ ਵਿੱਚ ਵੀ ਇਹ ਟਰੈਕਟਰ ਮਾਰਚ ਕੱਢਿਆ ਜਾਂਦਾ। ਬਾਹਰ ਵੀ ਜਿਹੜੇ ਜਿੱਤੇ ਵੀ ਸੂਬੇ ਆ ਉੱਥੇ ਵੀ ਸਾਡਾ ਚੱਲੀ ਜਾਂਦੀ ਆ, ਵਿਰੋਧ ਚੱਲੀ ਜਾਂਦੇ ਸਰਕਾਰ ਦੇ। ਸਰਕਾਰ ਨੂੰ ਇਹੀ ਅਸੀਂ ਅਪੀਲ ਕਰਾਂਗੇ ਵੀ ਹਜੇ ਵੀ ਤੁਸੀਂ ਇਹ ਚੀਜ਼ 'ਤੇ ਬਾਜ਼ ਆ ਜਾਓ, ਜਿਹੜੀਆਂ ਨਵੇਂ ਨਵੇਂ ਕਾਨੂੰਨ ਲਈ ਉਹਨੇ ਨਵੀਆਂ ਨਵੀਆਂ ਸਾਡੇ 'ਤੇ ਧਾਰਾਂ ਚੁੱਕੀ ਜਾਂਦੇ ਆ, ਇਹ ਤੁਹਾਡੇ ਵਾਸਤੇ ਠੀਕ ਨਹੀਂ ਹੈ। ਇੱਕ ਪਾਸੇ ਤਾਂ ਇਹਨੂੰ ਅੰਨਦਾਤਾ ਕਹੀ ਜਾਂਦੇ ਤੁਸੀਂ, ਇੱਕ ਪਾਸੇ ਸਾਡੇ ਦੇ ਉੱਤੇ ਤੁਸੀਂ ਕਾਨੂੰਨ ਚੁੱਕੀ ਜਾਂਦੇ ਆ। ਅਸੀਂ ਇਹੀ ਅਪੀਲ ਆ ਸਰਕਾਰ ਨੂੰ ਤੁਹਾਡੇ ਵਾਸਤੇ ਵੀ ਇਹੋ ਜਿਹੇ ਕਾਨੂੰਨਾਂ ਤੋਂ ਇਹ ਸਾਨੂੰ ਬਾਹਰ ਰੱਖੋ, ਇਹੋ ਜਿਹੇ ਕਾਨੂੰਨ ਕਿਤੇ ਹੋਰ ਆਪਦੇ ਵਰਤੋਂ, ਸਾਡੇ 'ਤੇ ਨਾ ਇਹ ਚੀਜ਼ ਵਰਤੋ। ਧੰਨਵਾਦ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ। ਇਹਦੇ ਜਿਹੜਾ ਰੂਟ ਮਾਰਚ ਕੀਤਾ ਜਾ ਰਿਹਾ, ਸਾਡੇ ਯੁਵਾ ਪੀੜ੍ਹੀ ਵੱਲੋਂ ਦਿੱਤਾ ਹੋਇਆ ਪ੍ਰੋਗਰਾਮ ਹੈ, ਪਿਛਲੀ 13-14 ਅਤੇ 21 ਫਰਵਰੀ ਨੂੰ ਜੋ ਅੱਤਿਆਚਾਰ ਮੋਦੀ ਸਰਕਾਰ ਨੇ ਖਨੌਰੀ ਸਿੰਘੂ ਬਾਰਡਰ 'ਤੇ ਕਿਸਾਨਾਂ ਨਾਲ ਕੀਤਾ, ਰਸਤਾ ਘਟਾਇਆ, ਉਸ ਦੇ ਰੋਸ ਵਜੋਂ ਅੱਜ 15 ਅਗਸਤ ਨੂੰ ਅਸੀਂ ਰੋਸ ਮਾਰਚ ਕਰਨ ਜਾ ਰਹੇ ਹਾਂ। ਦੂਸਰਾ ਕਾਰਨ, ਹਰਿਆਣਾ ਸਰਕਾਰ ਨੇ ਉਹਨਾਂ 6 ਅਫਸਰਾਂ ਦੇ ਨਾਂ ਮੈਡਲ ਨਾਲ ਸਨਮਾਨਿਤ ਕਰਨ ਨੂੰ ਜੋ ਰਾਸ਼ਟਰਪਤੀ ਨੂੰ ਇੱਕ ਚਿੱਠੀ ਲਿਖੀ, ਜੋ ਬਿਲਕੁਲ ਅਣਵਤੀਰਾ, ਬਿਲਕੁਲ ਅਣਮਨੁੱਖੀ ਹੈ, ਕਿਉਂਕਿ ਜਿਹੜੇ ਅਫਸਰਾਂ ਨੇ ਲਗਾਤਾਰ ਆਪਣੇ ਸ਼ਾਂਤਮਈ ਰੋਸ ਧਰਨੇ 'ਤੇ ਗੋਲਾਬਾਰੀ ਕੀਤੀ, ਕਿਸਾਨ ਜ਼ਖਮੀ ਕੀਤੇ 400 ਦੇ ਲਗਭਗ, 5 ਕਿਸਾਨਾਂ ਦੀਆਂ ਅੱਖਾਂ ਗਈਆਂ, ਇੱਕ ਕਿਸਾਨ ਸਾਡਾ ਸ਼ਹੀਦ, ਸ਼ੁਭ ਕਰਨ ਨੂੰ ਸ਼ਹੀਦ ਕੀਤਾ ਗਿਆ, 45 ਦੇ ਲਗਭਗ ਮਸ਼ੀਨਰੀਆਂ ਤੋੜੀਆਂ ਗਈਆਂ, ਉਸ ਨੂੰ ਉਹਨਾਂ ਅਫਸਰਾਂ ਨੂੰ ਸਨਮਾਨਿਤ ਕਰਨ ਨੂੰ ਕਿਹਾ ਜਾ ਰਿਹਾ। ਜੇ ਅੱਜ ਇਹ ਪ੍ਰਥਾ ਚੱਲਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਪੂਰੇ ਦੇਸ਼ ਵਿੱਚ ਕਿਤੇ ਵੀ ਐਜੀਟੇਸ਼ਨ ਨਹੀਂ ਹੋ ਸਕੇਗਾ, ਕਿਉਂਕਿ ਇਹ ਅਫਸਰ ਅਣਮਨੁੱਖੀ ਜਿਹੜਾ ਵਤੀਰਾ ਵਰਤਣਗੇ ਸਾਰੇ ਲੋਕਾਂ 'ਤੇ। ਇਸ ਲਈ ਇਹ ਲੋਕਾਂ ਨੂੰ ਜਗਾਉਣ ਲਈ, ਅਸੀਂ ਜਾਗਰੂਕ ਕਰਨ ਲਈ ਇਹ ਜਿਹੜਾ ਟਰੈਕਟਰ ਮਾਰਚ ਦੋਹਾਂ ਫੋਰਮਾਂ ਵੱਲੋਂ ਦਿੱਤੇ ਹੋਏ ਪ੍ਰੋਗਰਾਮ ਨੂੰ ਕਰ ਰਹੇ ਹਾਂ। ਪ੍ਰਧਾਨ ਜੀ, ਪਤਾ ਲੱਗਿਆ ਕੇਂਦਰ ਵੱਲੋਂ ਨਵੇਂ ਕਾਨੂੰਨ ਵੀ ਬਣਾਏ ਜਾ ਰਹੇ ਆ। ਹਾਂ ਬਿਲਕੁਲ, ਆਹ ਜਿਹੜਾ ਅਸੀਂ ਤੁਹਾਡੇ ਚੈਨਲ ਦੇ ਜ਼ਰੀਏ ਲੋਕਾਂ ਨੂੰ ਦਿਖਾਵਾਂਗੇ ਕਿ ਇੱਕ BNSS ਦੋ ਕਾਨੂੰਨ ਲਿਆਂਦੇ ਗਏ ਨੇ ਜਿਹੜੇ ਕਿ ਲੋਕਾਂ ਲਈ ਬੜੇ ਖਤਰਨਾਕ ਨੇ। ਇੱਕ SI ਰੈਂਕ ਦਾ ਅਫਸਰ ਕਦੇ ਵੀ ਕਿਸੇ ਆਦਮੀ ਨੂੰ ਬਿਨਾਂ ਪੁੱਛਗਿੱਛ, ਬਿਨਾਂ ਦੱਸੇ ਗ੍ਰਿਫਤਾਰ ਕਰ ਸਕਦਾ ਅਤੇ 90 ਦਿਨ ਉਹਦੀ ਕੋਈ ਸੁਣਵਾਈ ਨਹੀਂ ਹੋਵੇਗੀ। ਅਤੇ ਜੈਸਟਰਾਂ ਅਤੇ ਖਤਰਨਾਕ ਅਪਰਾਧੀਆਂ ਨੂੰ ਇਹਦੇ 'ਚ ਬੜੀ ਢਿੱਲ ਦਿੱਤੀ ਗਈ ਆ, ਜੋ ਕਿ ਸਾਡੇ ਦੇਸ਼ ਲਈ ਬੜੀ ਘਾਤਕ ਸਿੱਧ ਹੋਵੇਗੀ। ਆਉਣ ਵਾਲੇ ਦਿਨਾਂ ਵਿੱਚ ਕਿਸ ਤਰ੍ਹਾਂ ਦਾ ਸੰਘਰਸ਼ ਰਹੂਗਾ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ? ਦੇਖੋ, ਇਸ ਜਿਹੜਾ ਰੋਸ ਮਾਰਚ ਨੂੰ, ਇਸ ਧਰਨੇ ਨੂੰ ਹੋਰ ਤਿੱਖਾ ਕੀਤਾ ਜਾਊਗਾ। ਬਾਕੀ ਜੋ ਸਾਡੇ ਲੀਡਰ ਦੋਨੇ ਫੋਰਮ ਜੋ ਸਾਨੂੰ ਆਦੇਸ਼ ਦੇਣਗੇ, ਅਸੀਂ ਉਸੇ 'ਤੇ ਫੁੱਲ ਚੜ੍ਹਾਵਾਂਗੇ।